ਅਸੀਂ ਪੁੱਤਰ ਹਰਿਸ਼ਮੇਸ਼ ਪਿਤਾ ਦੇ ਸਦਾ ਸੱਚ ਦੇ ਪੱਖ ਤੇ ਅੜਨ ਵਾਲੇ ਚਾਰੇ ਪੁੱਤਰ ਤਰੰਤੋ ਵਾਰੀ ਉਸ ਫਿਰ ਵੀ ਸ਼ੁਕਰ ਮਨਾਇਆ ਤਾਈਆਂ ਕਲਗੀ ਵਾਲਿਆ ਤੈਨੂੰ ਸਭਨੇ ਸੀ ਸੁਨਮਾਇਆ ਧਰਮ ਦੀ ਰੱਖਿਆ ਵਾਸਤੇ ਉਹ ਖੁਦ ਸ਼ਹੀਦ ਹੋ ਗਏ ਤੇ ਸਾਡੇ ਧਰਮ ਨੂੰ ਉਹਨਾਂ ਨੇ ਅਮਰ ਕਰਤਾ ਤੇ ਅੱਜ ਉਹਨਾਂ ਦੀ ਬਦੌਲਤ ਹੀ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਅਸੀਂ ਸਿੱਖ ਬਣੇ ਉਹਨਾਂ ਨੂੰ ਗੰਗੂ ਮਿਲਿਆ ਸੀ ਤੇ ਪਤਾ ਜਿਹੜਾ ਛੋਟਾ ਫਤਿਹ ਸਿੰਘ ਜੀ ਸੀ ਉਹ ਕਹਿੰਦੇ ਮਾਤਾ ਜੀ ਮੈਂ ਦੌੜ ਕੇ ਵੇਖ ਕੇ ਆਵਾਂ ਕਿ ਕਿਤੇ ਵੀਰੇ ਸਾਨੂੰ ਲੱਭਦੇ ਲੱਭਦੇ ਆਂਦੇ ਨੇ ਕਾਲਸਾ ਵਾਹਿਗੁਰੂ ਜੀ ਦੀ ਫਤਿਹ ਦੋਸਤੋ ਅੱਜ ਅਸੀਂ ਇਸ ਟਾਈਮ ਭਗਤਪੁਰਨ ਸਿੰਘ ਅਦਰਸ਼ ਸੀਨੀਅਰ ਸੈਕੰਡਰੀ ਸਕੂਲ ਮਾਨਾ ਵਾਲੇ ਆਲ ਇੰਡੀਆ ਪਿੰਗਲ ਵਾਲਾ ਚੈਰੀਟੇਬਲ ਮਾਨਾ ਵਾਲੇ ਦੀ ਬ੍ਰਾਂਚ ਵਿੱਚ ਪਹੁੰਚੇ ਹਾਂ ਔਰ ਤੁਹਾਨੂੰ ਦੱਸ ਦਈਏ ਜਿਸ ਤਰ੍ਹਾਂ 21 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਜਿਹੜੇ ਹੈਗੇ ਆ ਸ਼ਹੀਦੀ ਦਿਹਾੜੇ ਚਾਲੂ ਹੋ ਜਾਂਦੇ ਆ ਔਰ ਸ਼ਹੀਦੀ ਦਿਹਾੜੇ ਜਿਹੜੇ ਹੈਗੇ ਆ ਪਿੰਗਲ ਵਾਲਾ ਜਿਹੜਾ ਬਹੁਤ ਹੀ ਸੰਸਥਾ ਦੇ ਵਿੱਚ ਜਿਹੜਾ ਅਦਰਸ਼ ਪਬਲਿਕ ਸਕੂਲ ਹੈਗਾ ਇਹਦੇ ਵਿੱਚ ਬਹੁਤ ਹੀ ਸੁਚੱਜੇ ਢੰਗ ਨਾਲ ਮਨਾਏ ਜਾਂਦੇ ਆ ਔਰ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਂਦਾ ਵਾ ਕਿ ਸਾਬਜਾਦ ਜਿਹੜੇ ਹੈਗੇ ਸੀ ਉਹ ਸਾਡੇ ਕੀ ਹੀ ਜਿਹੜੇ ਸਾਡੇ ਨਾਲ ਗੁਰੂ ਪਾਤਸ਼ਾਹੀ ਨਾਲ ਜਿਹੜੇ ਸਿੰਘ ਸ਼ਹੀਦ ਹੈਗੇ ਆ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਔਰ ਅਸੀਂ ਵੀ ਅੱਜ ਇੱਥੇ ਕਵਰੇਜ ਕਰਨ ਵਾਸਤੇ ਆਏ ਆ ਔਰ ਅਸੀਂ ਵੀ ਜਾਣਨਾ ਚਾਹੁੰਦੇ ਹਾਂ ਕਿ ਜਿੱਥੇ ਹੋਰ ਸਕੂਲਾਂ ਦੇ ਵਿੱਚ ਆ ਕਾਫੀ ਐਡਵਾਂਸ ਏ ਟੈਕਨੀਕਲ ਵਾਲੇ ਜਾ ਰਹੇ ਹੈ ਜਾਂ ਟੈਕਨੀਕ ਵਾਲਾ ਐਡਵਾਂਸ ਵਾਲੇ ਜਾ ਰਹੇ ਆ ਉੱਥੇ ਹੀ ਦੇਖਿਆ ਜਾਵੇ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜਾ ਹੈਗਾ ਵਾ ਉਹ ਆਪਣੀ ਇਤਿਹਾਸ ਨਾਲ ਜੋੜਨਾ ਸਾਨੂੰ ਬਹੁਤ ਜ਼ਰੂਰੀ ਹੈਗਾ ਵਾ ਇੱਥੇ ਅਸੀਂ ਆਏ ਹਾਂ ਔਰ ਬਹੁਤ ਹੀ ਜ਼ਿਆਦਾ ਉਪਰਾਲਾ ਜਿਹੜਾ ਹੈਗਾ ਵਾ ਭਗਤਪੁਰਨ ਸਿੰਘ ਅਦਸ਼ ਪਬਲਿਕ ਸਕੂਲ ਦਾ ਕਿਉਂਕਿ ਇਹ ਬੱਚਿਆਂ ਨੂੰ ਜਿਹੜਾ ਹੈਗਾ ਵਾ ਗੁਰੂ ਸਾਹਿਬਾਂ ਦੀ ਬਾਣੀ ਨਾਲ ਜੋੜਦਾ ਹੈਗਾ ਵਾ ਉਸ ਤੋਂ ਇਲਾਵਾ ਅਲੱਗ-ਅਲੱਗ ਐਕਟੀਵਿਟੀਆਂ ਜਿਹੜੀਆਂ ਉਹਨਾਂ ਦੇ ਵਿੱਚ ਵੀ ਇਹ ਜਿਹੜਾ ਹੈਗਾ ਵਾ ਭਾਗ ਲੈਂਦੇ ਆ ਔਰ ਅੱਜ ਅਸੀਂ ਇੱਥੇ ਪਹੁੰਚੇ ਹੋਏ ਆ ਔਰ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਬਹੁਤ ਇਹਨਾਂ ਬੱਚਿਆਂ ਦੇ ਜਿਹੜਾ ਹੈਗਾ ਵਾ ਇਹਨਾਂ ਕੋਲ ਅਸੀਂ ਜਾਣਦੇ ਹੈਗੇ ਕਿ ਗੁਰੂ ਪਾਸ਼ਾਹੀ ਦੇ ਜਿਹੜੇ ਬੱਚੇ ਹੈਗੇ ਸੀ ਉਹ ਕੌਣ ਸੀ ਉਹਨਾਂ ਦੇ ਕੀ ਨਾਂ ਸੀ ਕਿਉਂਕਿ ਅੱਜ ਦਾ ਅਗਰ ਸਮਾਜ ਦੇ ਵਿੱਚ ਦੇਖਿਆ ਜਾਵੇ ਜਿਹੜਾ ਸਾਡਾ ਸਿੱਖ ਇਤਿਹਾਸ ਹੈਗਾ ਵਾ ਉਹ ਲੋਪ ਹੋਈ ਜਾ ਰਿਹਾ ਵਾ ਸਾਨੂੰ ਸਭ ਤੋਂ ਪਹਿਲਾਂ ਸਾਡੇ ਮਾਪਿਆਂ ਨੂੰ ਸਾਡੇ ਵੱਡੇ-ਵਡੇਰਿਆਂ ਨੂੰ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜਾ ਸਾਡਾ ਇਤਿਹਾਸ ਗੁੰਮ ਹੋ ਰਿਹਾ ਹੈਗਾ ਵਾ ਉਹਨੂੰ ਕਟੋ-ਕਟ ਅਸੀਂ ਆਪਣਾ ਵਿਰਸਾ ਜਿਹੜਾ ਵਾ ਉਹਨੂੰ ਸਾਮ੍ਹਕੇ ਰੱਖ ਸਕੀਏ ਕਿਉਂਕਿ ਜਿਹੜੇ ਸ਼ਿਦੀ ਦਿਹਾੜੇ ਆ ਅਸੀਂ ਲੋਕ ਜਿਹੜੇ ਹੈਗੇ ਆ ਸ਼ਿਦੀ ਦਿਹਾੜਾ ਤੋਂ ਬਿਲਕੁਲ ਅਨਜਾਨ ਹੈਗੇ ਕਿ ਸ਼ਿਦੀ ਛੇ ਇਹ ਜਦੋਂ ਥੋੜੀ ਦੇਰ ਪਹਿਲਾਂ ਇੱਕ ਫਿਲਮ ਚ ਇੱਕ ਫਿਲਮ ਚੱਲਦੀ ਹੈਗੀ ਐ ਚਾਰ ਸਾਹਿਬ ਜاده ਉਸ ਤੋਂ ਬਾਅਦ ਆਣ ਕੇ ਜਿਹੜੇ ਹੈਗੇ ਆ ਬੱਚਿਆਂ ਨੂੰ ਪਤਾ ਲੱਗਦਾ ਹੈਗਾ ਕਿ ਚਾਰ ਸਾਹਿਬ ਜاده ਕੀ ਹੈ ਕਿਉਂਕਿ ਉਹ ਵੀ ਇੱਕ ਬੜਾ ਵੱਡਾ ਉਪਰ ਆਲਾ ਹੀ ਜਿੱਤ ਤੋਂ ਬਾਅਦ ਚ ਆਣ ਕੇ ਲੋਕਾਂ ਨੂੰ ਪਤਾ ਲੱਗਿਆ ਕਿ ਹਾਂ ਵੀ ਚਾਰ ਸਾਹਿਬ ਜاده ਕੌਣ ਸੀ ਗੁਰੂ ਪਾਸ਼ਾ ਜੀ ਗੁਰਕੋਬ ਸਿੰਘ ਜੀ ਕੌਣ ਸੀ ਕਿਉਂਕਿ ਇਹ ਚੀਜ਼ ਜਿਹੜੀ ਹੈ ਇੱਕ ਲੋਪ ਹੋਈ ਜਾ ਰਹੀ ਸੀ ਸਾਡੇ ਨਾਲ ਇਸ ਟਾਈਮ ਸਕੂਲ ਦੇ ਪ੍ਰਿੰਸੀਪਲ ਮੈਡਮ ਮੈਡਮ ਨਰੇਸ਼ ਕਾਲੀਆ ਜੀ ਸਾਡੇ ਨਾਲ ਆਓ ਪਹਿਲਾਂ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਮੈਮ ਜੀ ਜਿਹੜਾ ਤੁਹਾਡੇ ਸਕੂਲ ਦੇ ਵਿੱਚ ਸ਼ਹੀਦੀ ਦਿਹਾੜਾ ਮਨਾਇਆ ਜਾਂਦੇ ਆ ਥੋੜਾ ਤੁਸੀਂ ਐਸਾ ਦੱਸੋ ਕਿਸ ਤਰ੍ਹਾਂ ਮਨਾਉਂਦੇ ਜੇ ਤੁਸੀਂ ਸਰ ਅੱਜ ਅਸੀਂ ਮਨਾਇਆ ਵੈ ਬੱਚਿਆਂ ਦੇ ਨਾਲ ਸ਼ਹੀਦੀ ਦਿਹਾੜਾ ਜੀ ਤੇ ਅਸੀਂ ਪਾਠ ਕੀਤਾ ਪਹਿਲੇ ਤੇ ਬੱਚਿਆਂ ਨੇ ਜਿਹੜਾ ਵਾ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਫਿਰ ਬੱਚਿਆਂ ਨੇ ਜਿਹੜਾ ਵਾ ਉਹ ਗੁਰੂ ਸਾਹਿਬ ਦੇ ਜੀਵਨ ਦੇ ਉੱਤੇ ਸਾਹਿਬਜ਼ਾਦਿਆਂ ਦੇ ਜੀਵਨ ਦੇ ਸੰਬੰਧੀ ਜਿਹੜਾ ਵਾ ਉਹ ਬੱਚਿਆਂ ਨੇ ਭਾਸ਼ਣ ਵੀ ਦਿੱਤੇ ਬੱਚਿਆਂ ਨੇ ਕਵਿਤਾਵਾਂ ਵੀ ਬੋਲੀਆਂ ਗੀਤ ਵੀ ਬੋਲੇ ਸ਼ਬਦ ਗਾਇਨ ਵੀ ਕੀਤੇ ਤੇ ਅਧਿਆਪਕਾਂ ਨੇ ਵੀ ਜਿਹੜਾ ਵਾ ਉਹ ਬੱਚਿਆਂ ਨੂੰ ਉਹਨਾਂ ਦੇ ਗੌਰਵਮਈ ਇਤਿਹਾਸ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਹੈ ਸੋ ਮੈਨੂੰ ਜਿਸ ਰਹਾ ਹੈ ਕਿ ਸਕੂਲ ਵੱਲੋਂ ਤਾਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਬੱਚਿਆਂ ਅਸੀਂ ਦੇਖ ਰਹੇ ਸਾਂ ਤੁਸੀਂ ਬੱਚਿਆਂ ਨੂੰ ਹਰ ਇੱਕ ਤਰ੍ਹਾਂ ਦੀ ਗਾਈਡੈਂਸ ਵੀ ਕਰਦੇ ਪਏ ਹੋ ਇੱਕ ਪਾਸੇ ਦੇਖਿਆ ਜਾਵੇ ਅਸੀਂ ਜਦੋਂ ਛੋਟੇ ਛੋਟੇ ਹੁੰਨੇ ਹ ਸਾਡੇ ਜਿਸ ਤਰ੍ਹਾਂ ਸਾਡੀਆਂ ਦਾਦੀਆਂ ਪਰਦਾਦੀਆਂ ਨਾਨੀਆਂ ਸੀ ਉਹ ਸਾਨੂੰ ਇੱਕ ਜਗ੍ਹਾ ਬੈਠ ਕੇ ਜਿਹੜਾ ਹੀ ਇਹ ਸਾਨੂੰ ਆਪਣੇ ਇਤਿਹਾਸ ਨਾਲ ਜੋੜਦੇ ਹੁੰਦੇ ਸੀ ਅੱਜ ਜਿਹੜੀ ਇਹ ਚੀਜ਼ੋ ਲੋਪ ਹੋ ਰਹੀ ਹੈਗੀ ਕਿਉਂਕਿ ਬੱਚੇ ਅੱਜ ਕੱਲ ਮੋਬਾਈਲਾਂ ਵਿੱਚ ਵੜ ਗਏ ਹੋ ਤੁਸੀਂ ਉਹਨਾਂ ਨੂੰ ਕੀ ਆਖੋਗੇ ਜੀ ਮਾਪਿਆਂ ਨੂੰ ਦੇਖੋ ਮਾਪਿਆਂ ਨੂੰ ਜਿਹੜਾ ਵਾ ਉਹ ਬੱਚਿਆਂ ਦੇ ਨਾਲ ਸਮਾਂ ਬਿਤਾਉਣਾ ਬਹੁਤ ਜ਼ਰੂਰੀ ਆ ਠੀਕ ਹੈ ਕਿ ਅੱਜ ਦਾ ਸਮਾਂ ਇਸ ਤਰ੍ਹਾਂ ਦਾ ਹੈਗਾ ਵਾ ਕਿ ਜਿਹੜੀਆਂ ਵਾ ਜ਼ਿਆਦਾਤਰ ਜਿਹੜੀਆਂ ਹਾਊਸ ਵਾਈਫਸ ਜਿਹੜੀਆਂ ਵਾ ਉਹ ਕਈ ਤੇ ਮਤਲਬ ਵਰਕਿੰਗ ਲੇਡੀਜ਼ ਹੈ ਗਿਆ ਠੀਕ ਹੈ ਤੇ ਲੋਕੀ ਕਹਿੰਦੇ ਨੇ ਸਮਾਂ ਘਟਿਆ ਪਰ ਮੈਂ ਇਹ ਕਹਿਣਾ ਚਾਹਾਂਗੀ ਸਮਾਂ ਘਟ ਨਹੀਂ ਹੈਗਾ ਜੇਕਰ ਅਸੀਂ ਮੋਬਾਈਲਾਂ ਦੇ ਉੱਤੋਂ ਜਿਹੜਾ ਸਮਾਂ ਉਹਦੇ ਨੂੰ ਫੇਸਬੁੱਕ ਚ ਲਾਉਣ ਦੇ ਵਿੱਚ ਜਾਂ ਵਟਸਐਪ ਗਰੁੱਪ ਚ ਲਾਉਣ ਦੇ ਵਿੱਚ ਜਿਹੜਾ ਸਮਾਂ ਅਸੀਂ ਕਰ ਦਿੰਦੇ ਆ ਕਾਫੀ ਸਾਰਾ ਵੇਸਟ ਜੇ ਆਪਾਂ ਉਹਦੇ ਤੋਂ ਸਮਾਂ ਬਚਾ ਲਈਏ ਟੀਵੀ ਜਿਹੜਾ ਵਾ ਉਹਦਾ ਸਮਾਂ ਆਪਾਂ ਘਟਾ ਲਈਏ ਤੇ ਸਮਾਂ ਜਿਹੜਾ ਜ਼ਰੂਰ ਕੱਢਿਆ ਜਾ ਸਕਦਾ ਵਾ ਕਿਉਂਕਿ ਇਹ ਸਮਾਂ ਜਿਹੜਾ ਵਾ ਜੇਕਰ ਅਸੀਂ ਸਮਾਂ ਆਪਣੇ ਬੱਚਿਆਂ ਨਾਲ ਬਿਤਾਵਾਂਗੇ ਬੱਚਿਆਂ ਨੂੰ ਜਿਹੜਾ ਆਪਣੇ ਇਤਿਹਾਸ ਦੀ ਜਾਣਕਾਰੀ ਦਵਾਂਗੇ ਬੱਚਿਆਂ ਨੂੰ ਅੱਗੇ ਦੇਖੋ ਸੀਗਾ ਬੈੱਡ ਟਾਈਮ ਸਟੋਰੀਜ਼ ਕਹਿੰਦੇ ਆ ਕਿ ਬਿਸਤਰੇ ਤੇ ਸੌਣ ਲੱਗਿਆਂ ਦਾਦੀਆਂ ਨਾਨੀਆਂ ਮਾਵਾਂ ਬੱਚਿਆਂ ਨੂੰ ਜੜੀਆਂ ਵਾਂ ਦੇਸ਼ ਭਗਤਾਂ ਦੀਆਂ ਸ਼ਹੀਦਾਂ ਦੀਆਂ ਕਹਾਣੀਆਂ ਸੁਣਾਇਆ ਕਰਦੀਆਂ ਸੀਗੀਆਂ ਸੋ ਉਹ ਜਜ਼ਬੇ ਬੱਚਿਆਂ ਦੇ ਅੰਦਰ ਭਰਦੇ ਸੀ ਪਰ ਅੱਜ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਅਲੋਪ ਹੋ ਰਹੀ ਹੈ ਠੀਕ ਹੈ ਲੇਕਿਨ ਇਹ ਜਿਹੜਾ ਵਾ ਮਾਵਾਂ ਨੂੰ ਇਹ ਫਰਜ਼ ਆਪਣੇ ਸਮਝਣੇ ਪੈਣਗੇ ਜੇਕਰ ਹੀ ਚਾਹੁੰਦੇ ਆ ਕਿ ਸਾਡੇ ਬੱਚੇ ਵੀ ਧਰਮ ਦੇ ਵਿੱਚ ਮਰਿਆਦਾ ਦੇ ਵਿੱਚ ਪੱਕੇ ਰਹਿਣ ਜੇਕਰ ਅਸੀਂ ਉਹਨਾਂ ਨੂੰ ਆਪਣੇ ਅਨੁਸਾਰ ਬੱਚਿਆਂ ਨੂੰ ਬਣਾਉਣਾ ਚਾਹੁੰਦੇ ਆ ਤੇ ਸਾਨੂੰ ਬੱਚਿਆਂ ਲਈ ਸਮਾਂ ਤਾਂ ਕੱਢਣਾ ਹੀ ਪਏਗਾ ਫਿਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਕੋਲ ਸਮਾਂ ਨਹੀਂ ਆ ਜਾਂ ਅਸੀਂ ਬਹੁਤ ਥੱਕੇ ਹੋਏ ਆ ਤੇ ਸੌਂਗੇ ਨਹੀਂ ਜਿਹੜੀਆਂ ਇਹ ਆਦਤਾਂ ਜਿਹੜੀਆਂ ਵਾ ਇਹ ਬਣਾਉਣੀਆਂ ਪੈਂਦੀਆਂ ਜੇ ਉਹ ਪਹਿਲਾਂ ਆਪਣੇ ਆਪ ਨੂੰ ਮਾਤਾ ਪਿਤਾ ਚੇਂਜ ਕਰਨ ਉਹ ਬੱਚੇ ਨੂੰ ਜਿਹੜਾ ਆਪਣੇ ਨਾਲ ਲੈ ਕੇ ਸੁਣਾਉਣਗੇ ਤੇ ਬੱਚਾ ਜਰੂਰ ਸੁਨੇਗਾ ਬੱਚੇ ਤੇ ਜਰੂਰ ਉਹਦਾ ਅਸਰ ਹੋਏਗਾ ਬੱਚੇ ਜਰੂਰ ਜਿਹੜੇ ਆ ਉਹ ਆਪਣੇ ਜਿਹੜਾ ਧਰਮ ਦੇ ਉੱਤੇ ਚੱਲ ਪਾਉਣਗੇ ਧੰਨਵਾਦ ਮੈਡਮ ਦੀ ਸੋ ਅਸੀਂ ਸਾਡੇ ਨਾਲ ਇਸ ਟਾਈਮ ਮੈਡਮ ਨਰੀਸ਼ ਕਾਲੀਆ ਸਾਡੇ ਨਾਲ ਛੋਟੇ ਛੋਟੇ ਬੱਚੇ ਵੀ ਹੈਗੇ ਆ ਉਹ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਔਰ ਇਹਨਾਂ ਬੱਚਿਆਂ ਕੋਲ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਗੁਰੂ ਸਾਹਿਬ ਦੀ ਬਾਣੀ ਨਾਲ ਬਾਨੇ ਨਾਲ ਕਿਉਂਕਿ ਬਾਨੇ ਨਾਲ ਤੇ ਤੁਸੀਂ ਦੇਖ ਸਕਦੇ ਹੋ ਜਿੱਤਨਾ ਛੋਟੇ ਛੋਟੇ ਬੱਚੇ ਹੈਗੇ ਆ ਕੋਈ ਬੱਚਾ ਜਿਹੜਾ ਨੰਗੇ ਸਿਰ ਨਹੀਂ ਹੈਗਾ ਬਹੁਤ ਸੋਨੇ ਆਪਣੇ ਜਿਹੜੇ ਹੈਗੇ ਆ ਕੋਈ ਵੈਸਟਰਨ ਡਰੈਸ ਨਹੀਂ ਹੈਗੀ ਸਾਫ ਸੁਥਰੀ ਜਿਹੜੀ ਡਰੈਸ ਆ ਉਹਦੇ ਵਿੱਚ ਹੀ ਹੈਗਾ ਕਿਉਂਕਿ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਚੀਜ਼ ਆਈ ਜਾਂਦੀ ਹੈ ਕਿਉਂਕਿ ਸਭ ਤੋਂ ਪਹਿਲਾਂ ਬਾਣੀ ਤੇ ਬਾਨਾ ਜਿਹੜਾ ਵਾ ਉਹ ਵਧੀਆ ਹੋਣਾ ਚਾਹੀਦਾ ਕਿਉਂਕਿ ਸਾਨੂੰ ਲੋੜ ਹੈ ਕਿ ਆਪਾਂ ਨੂੰ ਆਪਣੀ ਪੰਜਾਬੀ ਤੇ ਆਪਣਾ ਜਿਹੜਾ ਪੰਜਾਬ ਦਾ ਸੱਭਿਆਚਾਰਕ ਉਹਨੂੰ ਸੰਭਲਣ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਉਹ ਨਾਲ ਹੀ ਜਿਸ ਤਰ੍ਹਾਂ ਅੱਜ ਸ਼ੀਦੀ ਦਿਹਾੜੇ ਚੱਲ ਰਿਹਾ ਉਹਦੇ ਉੱਤੇ ਬੱਚਿਆਂ ਨਾਲ ਆਪਾਂ ਗੱਲਾਂ ਕਰਦੇ ਹੈਗੇ ਆਂ ਔਰ ਛੋਟੇ-ਛੋਟੇ ਬੱਚੇ ਆ ਇਹਨਾਂ ਕੋਲ ਪਹਿਲਾਂ ਤਾਂ ਆਪਾਂ ਕਵਿਤਾਵਾਂ ਸੁਣਦੇ ਹੈਗੇ ਆਂ ਕਿ ਹਾਂ ਵੀ ਕਿਸੇ ਬੱਚੇ ਨੂੰ ਕਵਿਤਾਵਾਂ ਦੀ ਪੁੱਤਰੀ ਜੀ ਤੁਹਾਨੂੰ ਕਿੰਨੂ-ਕਿੰਨੂ ਕਵਿਤਾਾਂ ਦੀ ਕਿਸੇ ਨੂੰ ਸਭ ਜਿਆਦਾ ਉੱਤੇ ਠੀਕ ਹੈ ਜੀ ਕਿਹਨਾਂ ਪੁੱਤਰੀ ਜੀ ਤੁਹਾ ਕਹਿੰਦੀ ਕੀ ਸੁਣਾਓ ਕਿ ਸਾਬਜਾਦਿਆਂ ਦੇ ਉੱਤੇ ਅਸ਼ਵ ਸੁਣਾਵਾਂਗੇ ਮਿੱਤਰ ਪਿਆਰੇ ਨੂੰ ਆ ਸੁਣਾਓ ਪੁੱਤ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੂੰਦ ਬਿਨ ਰੋਗ ਰਜ਼ਾਇਆਂ ਦਾ ਓ ਡਣ

ਖਾਲ ਮੁਰੀਦਾ ਦਾ ਕਹਿਣਾ ਸੂਲ ਸੁਰਾਈ ਕੰਜਰ ਪਿਆਲਾ ਬਿੰਗ ਕੁਸਾਇਆਂ ਦੇ ਸੈਣਾ ਬਿੰਗ ਕੁਸਾਇਆਂ ਦਾ ਸੈਣਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮੇਰੇ ਪਿਆਰੇ ਨੂੰ ਹਾਲ ਮੁਰੀ ਦਾ ਦਾ ਕਹਿਣਾ ਪੁੱਤ ਜੀ ਇਹ ਤੁਸੀਂ ਕਵਿਤਾ ਕਿਹਦੇ ਕੋਲੋਂ ਸਿੱਖੀ ਹੈ ਇਹ ਮੇਰੇ ਚਾਚੂ ਸਿਖਾਉਂਦੇ ਨੇ ਤੇ ਸਕੂਲੋਂ ਵੀ ਸਿੱਖਦੇ ਆਂ ਸੀ ਬਹੁਤ ਕੁਝ ਸਿੱਖਦੇ ਆਂ ਸਕੂਲੋਂ ਸਾਨੂੰ ਬਹੁਤ ਸਿੱਖਾਇਆ ਜਾਂਦਾ ਹੈ ਧਾਰਮਿਕ ਦੇ ਪੀਰੀਅਡ ਵੀ ਲੱਗਦੇ ਨੇ ਕਿਤਾਬਾਂ ਵਿੱਚ ਮਿਲਦੀਆਂ ਨੇ ਅਸੈਂਬਲੀ ਵਿੱਚ ਵੀ ਬਹੁਤ ਕੁਝ ਸਿਖਾਇਆ ਜਾਂਦਾ ਹੈ ਤੇ ਸਕੂਲੋਂ ਸਾਨੂੰ ਬਹੁਤ ਸਿੱਖਿਆ ਮਿਲਦੀ ਹੈ ਮੈਂ ਇਹ ਕਹਿਣਾ ਚਾਹੁੰਦੀ ਹਾਂ ਤੁਸੀਂ ਦੇਖ ਸਕਦੇ ਹੋ ਜਿਉਂ ਜਿਸ ਤਰ੍ਹਾਂ ਬੱਚੇ ਨੇ ਬਹੁਤ ਸੋਨਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਕਿਉਂਕਿ ਇੱਕ ਪਾਤਸ਼ਾਹ ਜੀ ਜਦੋਂ ਇਹ ਟੀਮ ਦਾ ਸਹਾਰਾ ਲਾ ਕੇ ਮਾਸ਼ੀਵਾੜੇ ਦੇ ਜੰਗਲ ਵਿੱਚ ਬੰਦੇ ਆ ਉਦੋਂ ਗੁਰੂ ਪਾਤਸ਼ਾਹ ਜੀ ਜਿਹੜੇ ਹੈਗੇ ਆ ਉਦੋਂ ਇਹ ਬਚਨ ਕਰਦੇ ਹੈਗੇ ਆ ਕਿਉਂਕਿ ਅਗਰ ਆ ਸ਼ਹੀਦੀ ਦਿਹਾੜੇ ਆਪਾਂ ਦੇਖੇ ਜਾਣ 21 ਤਰੀਕ ਤੋਂ ਲੈ ਕੇ 27 ਤਰੀਕ ਤੱਕ ਇਹ ਇੱਕ ਅਸਤਰਾਂ ਦੀਆਂ ਸ਼ਾਹਤਾ ਹੈ ਜਿਹਾ ਵਾਂ ਜਿਨ੍ਹਾਂ ਨੂੰ ਦੁਨੀਆਂ ਦੇ ਵਿੱਚ ਕਦੀ ਨਹੀਂ ਦੇਖਣ ਦੇਖਣ ਨੂੰ ਮਿਲ ਸਕਦੀ ਕਿਉਂਕਿ ਇੱਕ ਧਰਮ ਧਰਮ ਵਾਸਤੇ ਇੱਕ ਪਿਤਾ ਵੱਲੋਂ ਜਿਹੜੇ ਹੈਗੇ ਆ ਆਪਣੇ ਚਾਰ ਪੁੱਤ ਜਿਹੜੇ ਆ ਉਹ ਕਤਲ ਕਰਵਾ ਦਿੱਤੇ ਜਾਂਦੇ ਆ ਔਰ ਤੁਸੀਂ ਦੇਖ ਸਕਦੇ ਹੋ 10 ਲੱਖ ਤੋਂ ਜ਼ਿਆਦਾ ਜਿਹੜੀ ਹੈਗੀ ਆ ਆਪਾਂ ਆਮੋ ਦੇਖਦੇ ਹੈਗੇ ਕਿ ਸਵਾ ਲੱਖ ਸੇ ਇੱਕ ਲੜਾਊ ਉਹ ਜਿਹੜੀ 10 ਲੱਖ ਦੀ ਜਿਹੜੀ ਇਹ ਮੁਗਲ ਫੌਜ ਹੈਗੀ ਸੀ ਉਹਦੇ ਨਾਲ ਕਿਸਰਾ ਸਿੰਘ ਲੜਦੇ ਹੈਗੇ ਆ ਔਰ ਉਹਨਾਂ ਵਿੱਚ ਇਹ ਨਹੀਂ ਕਿ ਦੂਸਰੇ ਜਿਹੜੇ ਹੈਗੇ ਆ ਦੂਜਿਆਂ ਦੇ ਪੁੱਤ ਹੀ ਗੁਰੂ ਪਾਸ਼ਾ ਜੀ ਨੇ ਗੁਰੂ ਪਿਤਾ ਜੀ ਨੇ ਮਰਵਾਏ ਉਹਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਜਿਹੜੇ ਬੱਚੇ ਹੀ ਉਹਨਾਂ ਦੀਆਂ ਸ਼ਹੀਦੀਆਂ ਵੀ ਨਾਲ ਹੀ ਉਹਨਾਂ ਕਰਵਾਈਆਂ ਸਾਡੇ ਨਾਲ ਇੱਕ ਹੋਰ ਛਟਾ ਜਿਆ ਬੜਾ ਪਿਆਰੀ ਜੀ ਬੱਚੀ ਹੈਗੀ ਇਹਦੇ ਨਾਲ ਵੀ ਗੱਲਬਾਤ ਕਰਦੇ ਹਾਂ ਸੱਸੀ ਦਾ ਪੁੱਤਰ ਜੀ ਪੁੱਤਰ ਜੀ ਕੀ ਨਾਂ ਤੁਹਾਡਾ ਹੈ ਪਵਨੀਤ ਕੌਰ ਤੁਸੀਂ ਕੀ ਸੁਣਾਓਗੇ ਮੈਂ ਇੱਕ ਕਵਿਤਾ ਸੁਣਾਉਂਗੀ ਸਨਾਓ ਪੁੱਤਰ ਜੀ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅਸੀਂ ਪੁੱਤਰ ਹਾਂ ਦਸ਼ਮੇਸ਼ ਪਿਤਾ ਦੇ ਅਸੀਂ ਪੁੱਤਰ ਹਾਂ ਦਸ਼ਮੇਸ਼ ਪਿਤਾ ਦੇ ਸਦਾ ਸੱਚ ਦੇ ਪੱਖ ਤੇ ਅੜਨ ਵਾਲੇ ਸਦਾ ਸੱਚ ਦੇ ਪੱਖ ਤੇ ਅੜਨ ਵਾਲੇ ਸੀਸ ਰੱਖ ਕੇ ਆਪਣੇ ਤਲੀ ਉੱਤੇ ਸੀਸ ਰੱਖ ਕੇ ਆਪਣੇ ਤਲੀ ਉੱਤੇ ਗਲਿਆਰਾਂ ਫੇਰ ਵੜਨ ਵਾਲੇ ਅਸੀਂ ਜਨਮੇ ਹਾਂ ਖੰਡੇ ਦੀ ਧਾਰ ਵਿੱਚੋਂ ਵੱਡੇ ਫੁੱਲੇ ਹਾਂ ਕਿਰਪਾਨ ਦੇ ਨਾਲ ਜੇਕਰ ਜੀਵਾਂਗੇ ਤੇ ਜੀਵਾਂਗੇ ਅਣਖ ਦੇ ਨਾਲ ਮਰਾਂਗੇ ਤੇ ਮਰਾਂਗੇ ਸ਼ਾਨ ਦੇ ਨਾਲ ਜੇਕਰ ਜੀਵਾਂਗੇ ਤੇ ਜੀਵਾਂਗੇ ਅਣਖ ਦੇ ਨਾਲ ਮਰਾਂਗੇ ਤੇ ਮਰਾਂਗੇ ਸ਼ਾਨ ਦੇ ਨਾਲ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਦੋਸਤੋ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਆ ਜਿਹੜੀਆਂ ਅਣਖ ਦੀਆਂ ਗੱਲਾਂ ਕਰਦੇ ਥੋੜੀ ਦੇਰ ਪਹਿਲਾਂ ਕਿਸਾਨੀ ਅੰਦੋਲਨ ਹੈ ਕਿਸਾਨੀ ਅੰਦੋਲਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸ਼ਾਂਤਮਈ ਤਰੀਕੇ ਨਾਲ ਕਿਸੇ ਹੈਡੀ ਵੱਡੀ ਹਕੂਮਤ ਨੂੰ ਜਿਹੜਾ ਵਾ ਉਹਨੂੰ ਠੱਲ ਪਾ ਦਿੱਤਾ ਜਾਂਦਾ ਵਾ ਔਰ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਜज्ਬਾ ਹੈ ਤਾਂ ਛੋਟੇ ਛੋਟੇ ਬੱਚਿਆਂ ਤੋਂ ਚਾਲੂ ਹੋਣਾ ਹੈਗਾ ਅੱਜ ਜਿਹੜੇ ਛੋਟੇ ਛੋਟੇ ਬੱਚੇ ਆ ਅਣਖ ਦੀਆਂ ਗੱਲਾਂ ਕਰਦੇ ਆ ਜज्ਬੇ ਦੀਆਂ ਗੱਲਾਂ ਕਰਦੇ ਆ ਗਾ ਨੂੰ ਜਦੋਂ ਵੱਡੇ ਹੋਣ ਕੇ ਉਹੋ ਹੀ ਚੀਜ਼ਾਂ ਹੋਣ ਕੇ ਆ ਅਗਰ ਇਹਨਾਂ ਬੱਚਿਆਂ ਨੂੰ ਅੱਜ ਅਸੀਂ ਗਲਤ ਪਾਸੇ ਲਾ ਦਈਏ ਇਹਨਾਂ ਦੇ ਹੱਥਾਂ ਵਿੱਚ ਫੋਨ ਫੜਾ ਦਈਏ ਜਾਂ ਪਬਜੀ ਇਹਨਾਂ ਨੂੰ ਗੇਮਾਂ ਵਗੈਰਾ ਦੇਤੀਏ ਤੇ ਜਿਹੜਾ ਇਹਨਾਂ ਦਾ ਜਿਹੜਾ ਫਿਊਚਰ ਹੈ ਗਿਆ ਉਹ ਫਿਊਚਰ ਜਿਹੜਾ ਇਹਨਾਂ ਦਾ ਡੋਨ ਜਾਣਾ ਚાલુ ਕਰਦੇ ਐ ਐਸਾ ਕਿ ਜਿੰਨੇ ਵੀ ਮਾਪੇ ਹੈਗੇ ਆ ਸੀ ਉਹਨਾਂ ਨੂੰ ਇੱਕੋ ਹੀ ਵਾਰ-ਵਾਰ ਬੇਨਤੀ ਕਰਦੇ ਹੈ ਕਿ ਆਪਣੇ ਬੱਚਿਆਂ ਨੂੰ ਕਟੋਕਾ ਟਾਈਮ ਦਿਵੋ ਕਿਉਂਕਿ ਉਹ ਮੈਡਮ ਜਿਹੜੇ ਹੈਗੇ ਪ੍ਰਿੰਸੀਪਲ ਨਰੇਸ਼ ਕਾਲੀਆ ਜੀ ਇਹਨਾਂ ਨੇ ਵੀ ਇਹੀ ਆਖਿਆ ਕਿ ਇਹ ਨਹੀਂ ਤੁਸੀਂ ਆਖ ਸਕਦੇ ਇਹ ਸਾਡੇ ਕੋਲ ਸਾਡੇ ਬੱਚਿਆਂ ਵਾਸਤੇ ਟਾਈਮ ਨਹੀਂ ਹੈ ਸਾਨੂੰ ਆਪਣੇ ਬੱਚਿਆਂ ਵਾਸਤੇ ਟਾਈਮ ਦੇਣਾ ਚਾਹੀਦਾ ਹੋਰ ਬੜੀ ਪਿਆਰੀ ਜੀ ਬੱਚੀ ਇਹਦੇ ਨਾਲ ਵੀ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਪੁੱਤਰ ਜੀ ਸਤਿ ਸ਼੍ਰੀ ਅਕਾਲ ਪੁੱਤਰ ਜੀ ਕੀ ਸੁਣਾਓਗੇ ਤੁਸੀਂ ਮੈਂ ਸ਼ਬਦ ਸੁਣਾਉਂਗੀ ਹਾਂ ਸੁਣਾਓ ਪੁੱਤਰ ਜੀ ਚਾਰੇ ਪੁੱਤਰ ਧਰਮ ਤੋਂ ਵਾਰੇ ਚਾਰੇ ਪੁੱਤਰ ਧਰਮ ਤੋਂ ਵਾਰੇ ਉਸ ਫਿਰ ਵੀ ਸ਼ੁਕਰ ਮਨਾਇਆ ਤਾਈਆਂ ਕਲਗੀ ਵਾਲਿਆ ਤੈਨੂੰ ਸਭਨੇ ਸੀ ਸੁਨਮਾਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਓ ਸੁਣੀਏ ਗੁਰੂ ਗੋਬਿੰਦ ਸਿੰਘ ਜੀ ਦੀ ਉਪਕਾਰ ਸਾਨੂੰ ਆਓ ਸੁਣੀਏ ਗੁਰੂ ਗੋਬਿੰਦ ਸਿੰਘ ਜੀ ਦੀ ਉਪਕਾਰ ਸਾਨੂੰ ਸਾਡੇ ਦੇਸ਼ ਤੇ ਬਣੀ ਹੈ ਪੀੜ ਪਾਰੀ ਸਾਡੇ ਦੇਸ਼ ਤੇ ਬਣੀ ਹੈ ਪੀੜ ਪਾਰੀ ਅੱਜ ਧਰਮ ਦੇ ਨਾਂ ਤੇ ਵਿਦ ਕਰੇ ਪੈ ਰਹੇ ਨੇ ਸਾਰੇ ਇੱਕ ਦਜੇ ਨਹੀਂ ਦੋਸ਼ੀ ਕਹਿ ਰਹੇ ਨੇ ਸਾਰੇ ਇੱਕ ਦਜੇ ਨਹੀਂ ਦੋਸ਼ੀ ਕਹਿ ਰਹੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਔਰ ਦੋਸਤੋ ਹੋਰ ਬੱਚੇ ਸਾਡੇ ਨਾਲ ਪਿਆਰੇ ਪਿਆਰੇ ਬੱਚੇ ਇਹਨਾਂ ਕੋਲ ਵੀ ਕਰਦੇ ਆ ਪੁੱਤਰ ਜੀ ਜਿਸ ਦਾ ਤੁਹਾਨੂੰ ਪਤਾ ਹੈ ਅੱਜ ਅਸੀਂ ਕਿੰਨਾ ਦੇ ਦਿਹਾੜੇ ਮਨਾ ਰਹੇ ਹਾਂ ਤੁਹਾਨੂੰ ਪਤਾ ਹੈ ਕਿੰਨਾ ਦੇ ਮਨਾ ਰਹੇ ਆ ਸਹਿਬਜਾਦੇ ਆ ਸਹਿਬਜਾਦਿਆਂ ਦੇ ਤੁਹਾਨੂੰ ਸਹਿਬਜਾਦੇ ਦੇ ਨਾਵਾਂ ਦਾ ਯਾਦ ਹੈ ਸੁਣਾਓ ਪੁੱਤਰ ਜੀ ਸਹਿਬਜਾਦਾਜੀਤ ਸਿੰਘ ਜੀ ਸਹਿਬਜਾਦਾਦੀਜਾਰ ਸਿੰਘ ਜੀ ਸਹਿਬਜਾਦਾਜੁਰਾਵਰ ਸਿੰਘ ਜੀ ਸਹਿਬਜਾਦਾਫਤੇ ਸਿੰਘ ਜੀ ਇਹ ਜਿਹੜੇ ਸਹਿਬਜਾਦੇ ਸੀ ਕਿੰਨਾ ਦੇ ਬੇਟੇ ਸੀ ਸਾਹਿਬ ਜਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤ ਸੀ ਹਾਂ ਸਾਹਿਬ ਜਾਦੇ ਗੁਰੂ ਗੋਬਿੰਦ ਸਿੰਘ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਵਾ ਇਹ ਸਭ ਤੋਂ ਜ਼ਰੂਰੀ ਹੈ ਕਿਉਂਕਿ ਅਗਰ ਅਸੀਂ ਇਹ ਦਿਹਾੜੇ ਮਨਾਈ ਜਾ ਰਹੇ ਹੈਗੇ ਆਂ ਪਰ ਜੇ ਸਾਨੂੰ ਉਹਨਾਂ ਬਾਰੇ ਪਤਾ ਨਹੀਂ ਹੈ ਕਿ ਕਿੰਨਾਂ ਦੇ ਬੱਚੇ ਇਹ ਗੁਰੂ ਸਾਹਿਬ ਦੀ ਜਿਹੜੇ ਦਿਹਾੜੇ ਮਨਾ ਰਹੇ ਆ ਉਹ ਕਿੰਨਾਂ ਨਾਲ ਰਿਲੇਟਡ ਹੈਗੇ ਕਾਦੇ ਆਸਤੇ ਮਨਾ ਰਹੇ ਆ ਉਹ ਸਾਨੂੰ ਮਨਾਣ ਦਾ ਕੋਈ ਉਹਨਾਂ ਦੇ ਨਾਮ ਜਿਹੜੇ ਸੁਣਾਏ ਗਏ ਹੁਣ ਸਾਡੇ ਨਾਲ ਵੱਡੀਆਂ ਬੱਚੀਆਂ ਵਾ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਸੋ ਸ੍ਰੀ ਪੁੱਤਰ ਜੀ ਆਈ ਪੁੱਤਰ ਜੀ ਕੀ ਤੁਸੀਂ ਦੱਸਣਾ ਚਾਹੁੰਦੇ ਜੋ ਕਿਉਂਕਿ ਇਹ ਸ਼ੀ ਦੀ ਦਿਹਾੜੇ ਜਿਹੜੇ ਆ ਸਹਿਬਜ਼ਾਦਿਆਂ ਨਾਲ ਰਿਲੇਟਿਡ ਹੈਗੇ ਆ ਅੱਜ ਦੀ ਡੇਟ ਦੇ ਵਿੱਚ ਦੇਖਿਆ ਜਾਵੇ ਜਿਹੜੇ ਹੈਗੇ ਆ ਅਸੀਂ ਇਹਨਾਂ ਤੋਂ ਪਿੱਛੇ ਹੋਈ ਜਾ ਰਿਹਾ ਅਸੀਂ ਦੂਸਰੇ ਜਿਹੜੇ ਆ ਤਿਆਰ ਹੋਏ ਨਵਾਂ ਸਾਲ ਹੋ ਗਿਆ ਜਾਂ ਹੋਰ ਤਿਉਹਾਰ ਹੈ ਅਸੀਂ ਉਹਨਾਂ ਨੂੰ ਜ਼ਿਆਦਾ ਰੈਫਰੈਂਸ ਦੇ ਰਿਹਾ ਪਰ ਜਿਹੜਾ ਅਸੀਂ ਆਪਣਾ ਸਹਿਬਜ਼ਾਦਿਆਂ ਸ਼ਹਾਦਤਾਂ ਦੇ ਦਿਨਾਂ ਇਹਨਾਂ ਨੂੰ ਕੁੱਲ ਦੇ ਜਾ ਰਿਹਾ ਤੁਸੀਂ ਕੀ ਆਖੋਗੇ ਇਹਦੇ ਤੇ ਇਹਦੇ ਤੇ ਇਹ ਆਖਾਂਗੇ ਕਿ ਜਿਹੜੇ ਅਸੀਂ ਬਾਕੀ ਦਿਨ ਮਨਾਉਨੇ ਆ ਸਭ ਤੋਂ ਪਹਿਲਾਂ ਤਾਂ ਸਾਨੂੰ ਇਹਨਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਸਾਡੇ ਵਿਰਸੇ ਬਾਰੇ ਪਤਾ ਹੋਣਾ ਚਾਹੀਦਾ ਵਾ ਕਿ ਆ ਵਿ ਗੁਰੂ ਸਾਹਿਬ ਜੀ ਨੇ ਸਾਰਿਆਂ ਸਾਰਿਆਂ ਨੂੰ ਨੀਮ ਦਿੱਤੀ ਹੋਈ ਆ ਕਿ ਮਤਲਬ ਇਸ ਕਹਿ ਸਕਦੇ ਕਿ ਬੁੱਧੀ ਬਖਸ਼ੀ ਹੋਈ ਆ ਉਹਨਾਂ ਨੇ ਆਪਣੇ ਪੁੱਤਰ ਸ਼ਹੀਦ ਕੀਤੇ ਕਾਦੇ ਵਾਸਤੇ ਕਿ ਉਹਨਾਂ ਦਾ ਅਗਲੀ ਜਿਹੜੀ ਪੀੜ੍ਹੀਆਂ ਆ ਰਹੀਆਂ ਵਾ ਉਹ ਜਿੰਦੀਆਂ ਰਹਿ ਸਕਣ ਉਹਨਾਂ ਨੂੰ ਗੁਲਾਮੀ ਤੋਂ ਉਹਨਾਂ ਨੂੰ ਆਜ਼ਾਦ ਆਜ਼ਾਦੀ ਬਖਸ਼ੀ ਜਾਵੇ ਇਹਦਾ ਮੇਨ ਇਹੀ ਆ ਕਿ ਅਸੀਂ ਪਰਮਾਤਮਾ ਨਾਲ ਜੁੜੀਏ ਔਰ ਅਸਿਮਰਨ ਕਰੀਏ ਤੇ ਪਰਮਾਤਮਾ ਦੇ ਲੜ ਲੱਗੀਏ ਕੀ ਕੁੱਤਰੀ ਪੁੱਤਰੀ ਜਿਸਾਂ ਅੱਜ ਕੱਲ ਜਿਹੜੇ ਹੈਗੇ ਆ ਅਸੀਂ ਹਿਸਟਰੀ ਤੋਂ ਬੜਾ ਪਿੱਛੇ ਜਾ ਯਾਰ ਜਿਹੜਾ ਸਾਡੇ ਨਾਲ ਇਤਿਹਾਸ ਹੈਗਾ ਵਾ ਗੁਰੂ ਸਾਹਿਬ ਨਾਲ ਜਿਹੜਾ ਜੁੜਿਆ ਹੋਇਆ ਇਤਿਹਾਸ ਹੈ ਅਸੀਂ ਉਹ ਤੋਂ ਪਿੱਛੇ ਹੋ ਕੇ ਅੱਜ ਕੱਲ ਜਿਹੜਾ ਹੈਗਾ ਅਸੀਂ ਚਿਲਡਰਨ ਡੇ ਜਿਹੜਾ ਵਾ ਦੂਸਰਾ ਮਨਾਇਆ ਜਾ ਰਹੇ ਹੈਗਾ ਅਸਲ ਦੇ ਵਿੱਚ ਚਿਲਡਰਨ ਡੇ ਜਿਹੜਾ ਹੈਗਾ ਉਹ ਸਹਿਬਜ਼ਾਦਿਆਂ ਨਾਲ ਰਿਲੇਟਡ ਹੈਗਾ ਕਿਉਂਕਿ ਜਿਹੜੇ ਬੱਚਿਆਂ ਨੇ ਆਪਣੇ ਦੇਸ਼ ਵਾਸਤੇ ਆਪਣੀ ਕੌਮ ਵਾਸਤੇ ਇੱਕ ਗਰਦਕੋਮ ਵਾਸਤੇ ਆਪਣੇ ਆਪ ਨੂੰ ਸ਼ਹੀਦ ਕਰ ਲੈਂਦੇ ਹੈਗੇ ਆਪਣੇ ਆਪ ਨੂੰ ਉਹ ਇੱਕ ਸੀਹ ਤੱਕ ਨਹੀਂ ਕਰਦੇ ਹੈਗੇ ਤੇ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਉਹਨਾਂ ਬਾਰੇ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਉਹ ਸਾਡੇ ਵੀਰਾ ਮੰਗ ਹੀ ਸੀਗੇ ਜਿਹੜੇ ਜਿਨ੍ਹਾਂ ਨੇ ਐਨੀ ਛੋਟੀ ਉਮਰ ਚ ਸ਼ਹੀਦੀਆਂ ਪਾਲੀਆਂ ਉਹਨਾਂ ਦੇ ਕਰਕੇ ਅੱਜ ਸਾਡਾ ਸਾਡਾ ਧਰਮ ਅਮਰ ਹੋ ਚੁੱਕਿਆ ਹੈ ਤੇ ਉਹਨਾਂ ਦੀ ਸ਼ਹੀਦੀ ਰਹਿੰਦੀ ਦੁਨੀਆ ਤੱਕ ਯਾਦ ਰੱਖਾਂਗੇ ਤੇ ਉਹਨਾਂ ਦੀ ਬਹੁਤ ਵੱਡਾ ਇੱਕ ਐਹਸਾਨ ਵੀ ਹੈ ਸਾਡੇ ਉੱਤੇ ਕਿ ਉਹਨਾਂ ਨੇ ਸਾਨੂੰ ਸਾਡਾ ਧਰਮ ਨੂੰ ਧਰਮ ਦੀ ਰੱਖਿਆ ਵਾਸਤੇ ਉਹ ਖੁਦ ਸ਼ਹੀਦ ਹੋ ਗਏ ਤੇ ਸਾਡੇ ਧਰਮ ਨੂੰ ਉਹਨਾਂ ਨੇ ਅਮਰ ਕਰਤਾ ਤੇ ਅੱਜ ਉਹਨਾਂ ਦੀ ਬਦੌਲਤ ਹੀ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਅਸੀਂ ਸਿੱਖ ਬੱਚੇ ਹਾਂ ਅਜੀ ਪੁੱਤਰੀ ਤੁਸੀਂ ਕੀ ਕਹੋਗੇ ਇਤਰਾ ਹੁਣ ਸਾਬਜਾਦਿਆਂ ਦੀ ਮੂਵੀ ਵੇਖਦੇ ਆਪਾਂ ਸਾਰੇ ਉੱਥੋਂ ਆਪਾਂ ਨੂੰ ਪ੍ਰੇਰਨਾ ਮਿਲਦੀ ਹੈਗੀ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਸੀ ਉਹਨਾਂ ਨੇ ਆਪਣੇ ਚਾਰੇ ਪੁੱਤਰ ਬਾਰ ਕੇ ਧਰਮ ਦੀ ਰੱਖਿਆ ਕੀਤੀ ਹੈਗੀ ਅੱਜ ਪਿੱਛੇ ਜੇ ਮੈਂ ਦੇਖਿਆ ਫਿਲਮ ਦੇ ਵਿੱਚ ਕਿ ਜਦੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਬਜਾ ਦੇ ਜੰਗਲਾਂ ਵਿੱਚ ਦੀ ਜਾ ਰਹੀ ਸੀ ਤੇ ਉਹਨਾਂ ਨੂੰ ਗੰਗੂ ਮਿਲਿਆ ਸੀ ਤੇ ਪਤਾ ਜਿਹੜਾ ਛੋਟਾ ਫਤੇ ਸਿੰਘ ਜੀ ਸੀ ਉਹ ਕਹਿੰਦੇ ਮਾਤਾ ਜੀ ਮੈਂ 도ੜ ਕੇ ਵੇਖ ਕੇ ਆਵਾਂ ਕਿ ਕਿਤੇ ਵੀਰੇ ਸਾਨੂੰ ਲੱਭਦੇ ਲੱਭਦੇ ਆਂਦੇ ਤਾਂ ਨਹੀਂ ਪਏ ਤੇ ਗੰਗੂ ਕਹਿੰਦਾ ਕਿ ਨਹੀਂ ਨਹੀਂ ਚਲੋ ਕੋਈ ਵੇਖ ਲੂਗਾ ਹਨਾ ਉਹ ਕਿਉਂਕਿ ਉਹ ਤੇ ਪਿੱਛੇ ਆਏ ਸੀ ਮੁੜ ਕੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਤੇ ਗੰਗੂ ਲੈ ਗਿਆ ਤੇ ਗੰਗੂ ਪਾਪੀ ਤਾਂ ਦੀ ਉਹਨੂੰ ਕਹਿੰਦੇ ਗੰਗੂ ਪਾਪੀ ਉਹਨੇ ਹੀ ਫੜਾਏ ਸੀ ਵਜ਼ੀਰ ਖਾਨ ਨੂੰ ਉਹਨੇ ਹੀ ਸ਼ਹੀਦ ਕਰਵਾਏ ਸੀ ਇਹੋ ਕਹਿਣਾ ਚਾਹੁੰਦੀ ਸੀ ਦੋਸਤੋ ਤੁਸੀਂ ਦੇਖ ਸਕਦੇ ਜਿਸ ਤਰ੍ਹਾਂ ਬੱਚਿਆਂ ਨੂੰ ਹਰ ਇੱਕ ਦੇ ਬੱਚੇ ਦੇ ਅੰਦਰ ਕੁਛ ਨਾ ਕੁਛ ਜਜ਼ਬਾਤ ਹੈਗੇ ਪਰ ਉਹ ਇੱਕ ਸ਼ਬਦ ਨਹੀਂ ਹੈਗੇ ਕਹਿਣ ਵਾਸਤੇ ਕਿਉਂਕਿ ਮੈਂ ਵੀ ਇਹੀ बार-बार ਅਸੀਂ ਜੋੜਨਾ ਚਾਹੁੰਦੇ ਸਾਡੀ ਇਹ ਵੀਡੀਓ ਬਣਾਉਣ ਦਾ ਮੇਨ ਮਕਸਦ ਇਹੀ ਆ ਕਟੋ-ਕਟ ਜਿਹੜਾ ਹੈਗਾ ਵਾ ਅਸੀਂ ਆਪਣੇ ਵਿਰਸੇ ਨੂੰ ਸੰਭਾਲ ਲਈਏ ਅਸੀਂ ਆਪਣੇ ਜਿਹੜੇ ਗੁਰੂ ਪਾਸ਼ੇ ਹੀ ਹੈਗੇ ਉਹਨਾਂ ਦੇ ਬੱਚੇ ਆ ਜਾਂ ਸਾਡੇ ਦਸਮ ਗੁਰੂ ਅਸੀਂ ਕਿਸੇ ਧਰਮ ਦੀ ਨਿੰਦਿਆ ਨਹੀਂ ਕਰਦੇ ਪਰ ਕਟੋ-ਕਟ ਜਿਹੜਾ ਸਾਡਾ ਆਪਣਾ ਧਰਮ ਹੈ ਆ ਵਾ ਤੁਹਾਨੂੰ ਗੁਰੂ ਪਾਸ਼ੇ ਨੇ ਗੁਰੂ ਸਿੱਖੀ ਦੇ ਵਿੱਚ ਕੀਤਾ ਵਾ ਕਟੋ-ਕਟ ਤੁਸੀਂ ਗੁਰੂ ਦੇ ਬਾਣੀ ਤੇ ਬਾਣੇ ਨਾਲ ਜ਼ਰੂਰ